ਦੇ ਵਿੱਚ ਬਹੁਤ ਇਹੋ ਜਿਹੀਆਂ ਜਗ੍ਹਾ ਹੈਗੀਆਂ ਜਿਨ੍ਹਾਂ ਬਾਰੇ ਹਾਲੇ ਵੀ ਬਹੁਤ ਸਾਰੇ ਸੰਗਤ ਨੂੰ ਜਾਣਕਾਰੀ ਨਹੀਂ ਹੈ। ਅਬਾਊਟ 250 ਦੇ ਕਰੀਬ ਇਹੋ ਜਿਹੇ ਅਸਥਾਨ ਹਨ ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਵੀ ਹਨ, ਹੋਰ ਇਤਿਹਾਸਿਕ ਇਮਾਰਤਾਂ ਵੀ ਹਨ ਖਾਲਸਾ ਰਾਜ ਦੇ ਨਾਲ, ਜਿਨ੍ਹਾਂ ਦਾ ਕਿ ਸਿੱਖ ਇਤਿਹਾਸ ਦੇ ਜਿਹੜੇ ਮੁੱਢਲੇ ਨਿਯਮ ਸੀਗੇ ਜਦੋਂ ਸਿੱਖ ਇਤਿਹਾਸ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਹਿਸਟਰੀ ਜਿਹੜੀ ਕਵਰ ਹੋ ਜਾਂਦੀ ਹੈ। ਅਬਾਊਟ 80% ਦੇ ਕਰੀਬ ਜਿਹੜੇ ਸਿੱਖ ਇਤਿਹਾਸ ਦੇ ਰਿਲੇਟਡ ਜਗ੍ਹਾ ਹੈਗੀਆਂ ਉਹ ਪਾਕਿਸਤਾਨ ਦੇ ਵਿੱਚ ਸਾਨੂੰ ਮਿਲਦੀਆਂ ਹਨ। ਸੋ ਇਸ ਕਰਕੇ ਜਦੋਂ ਆਪਾਂ ਹੁਣ ਸਿੱਖ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਹੈ ਉਦੋਂ ਬਹੁਤ ਸਾਰੇ ਸਿੱਖ ਦੁਨੀਆ ਭਰ ਤੋਂ ਕਰਤਾਰਪੁਰ ਸਾਹਿਬ ਪਹੁੰਚੇ ਨੇ ਔਰ ਨਨਕਾਣਾ ਸਾਹਿਬ ਪਹਿਲਾਂ ਵੀ ਆਉਂਦੇ ਨੇ, ਗੁਰਦੁਆਰਾ ਪੰਜਾ ਸਾਹਿਬ ਹਸਨ ਉਦਾਲ ਵੀ ਜਾਂਦੇ ਨੇ। ਮੇਰਾ ਜੋ ਪਿਛਲੇ 12 ਸਾਲਾਂ ਦਾ ਕੰਮ ਹੈ ਜਿਹੜਾ ਮੈਂ ਆਪਣੀ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਬੁੱਕ 'ਚ ਲਿਖ ਕੇ ਪੇਸ਼ ਕੀਤਾ ਹੈ, ਉਹਦੇ 'ਚ ਮੈਂ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਦੇ ਪਿੰਡ ਪਿੰਡ ਵਿੱਚ, ਹਰ ਜ਼ਿਲ੍ਹੇ ਵਿੱਚ, ਹਰ ਇਲਾਕੇ ਵਿੱਚ, ਸਿੰਧ, ਬਲੋਚਿਸਤਾਨ, ਅਪ ਟੂ KPK, ਖੈਬਰ ਪਖਤੂਨਵਾ, GB, ਗਿਲਗਿਤ ਬਲਤਿਸਤਾਨ, ਉਸ ਈਵਨ ਜਿਹੜਾ ਇੱਧਰ ਕਸ਼ਮੀਰ ਹੈਗਾ ਉਹਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬਹੁਤ ਹੀ ਇਤਿਹਾਸਿਕ ਹਨ। ਇੱਥੇ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਬਹੁਤ ਸਮਾਨ ਗੁਰਮੁਖੀ ਵਿੱਚ ਇਹੋ ਜਿਹਾ ਹੈਗਾ ਜਿਹੜਾ ਕਿ ਬਹੁਤ ਹੀ ਬੇਸ਼ਕੀਮਤੀ ਹੈ ਸਿੱਖਾਂ ਦੇ ਲਈ। ਹੱਥ ਲਿਖਤ ਚੀਜ਼ਾਂ ਇੱਥੇ ਪਈਆਂ ਹੋਈਆਂ ਹਨ, ਮੈਂ ਖੁਦ ਵੀ ਦਰਸ਼ਨ ਕੀਤੇ ਹਨ। ਇੱਥੇ ਦੇ ਮਿਊਜ਼ੀਅਮ ਵਿੱਚ ਇਹੋ ਜਿਹੇ ਰੈਲਿਕਸ ਪਏ ਹਨ ਸਿੱਖ ਧਰਮ ਦੇ ਨਾਲ ਰਿਲੇਟਡ ਜਿਹੜੇ ਕਿ ਦੇਖ ਕੇ ਹੀ ਤੁਹਾਡੇ ਲੂੰ ਕੰਡੇ ਖੜ੍ਹੇ ਹੁੰਦੇ ਹਨ। ਸੋ ਮੇਰੇ ਵੱਲੋਂ ਅਵੇਅਰਨੈਸ ਮੈਂ ਜਿਹੜੀ ਕਰਾਉਣੀ ਚਾਹੁੰਦਾ ਸਾਰੇ ਸਿੱਖ ਸੰਗਤ ਦੇ ਲਈ ਉਹ ਹੈ ਕਿ ਧਾਰਮਿਕ ਆਪਾਂ ਭਾਵਨਾ ਨਾਲ ਜਦੋਂ ਆਉਂਦੇ ਹਾਂ ਆਪਾਂ ਮੱਥਾ ਟੇਕਦੇ ਹਾਂ ਆਪਾਂ ਨੂੰ ਰੂਹ ਨੂੰ ਸ਼ਾਂਤੀ ਮਿਲਦੀ ਹੈ, ਉਹਦੇ ਨਾਲ ਥੋੜ੍ਹੀ ਜਿਹੀ ਆਪਾਂ ਸਿੱਖ ਐਜੂਕੇਸ਼ਨ ਹਿਸਟਰੀ 'ਚ ਆਪਣੇ ਵਾਧਾ ਕਰੀਏ। ਜਿੰਨਾ ਜ਼ਖੀਰਾ ਬਹੁਤ ਵੱਡਾ ਪਾਕਿਸਤਾਨ ਨੇ ਸੰਭਾਲ ਕੇ ਰੱਖਿਆ ਆਪਣੇ ਲਈ 72 ਸਾਲਾਂ ਤੋਂ, ਪਿੰਡਾਂ ਦੇ ਵਿੱਚ ਇਹੋ ਜਿਹੀਆਂ ਇਨਸਕ੍ਰਿਪਸ਼ਨਸ ਹੈਗੀਆਂ ਗੁਰਮੁਖੀ 'ਚ, ਉਹਨਾਂ ਨੂੰ ਜਾ ਕੇ ਦੇਖੀਏ, ਐਕਸਪਲੋਰ ਕਰੀਏ। ਇਸ ਕਿਤਾਬ ਦੇ ਵਿੱਚ ਮੈਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਸਾਰਿਆਂ ਨੂੰ ਵੰਡਿਆ ਹੈ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹ ਤੁਹਾਡੇ ਸਭ ਦੇ ਲਈ ਕਿਤਾਬ ਹੀ ਲਿਖੀ ਗਈ ਹੈ ਤਾਂ ਕਿ ਤੁਸੀਂ ਪਾਕਿਸਤਾਨ ਆ ਕੇ ਸਿਰਫ 5-10 ਗੁਰਦੁਆਰਾ ਸਾਹਿਬ ਤੋਂ ਵਾਪਸ ਨਾ ਚਲੇ ਜਾਓ, ਜਿਹੜੀ ਚੀਜ਼ਾਂ ਆਲੇ ਦੁਆਲੇ ਮਿਲ ਰਹੀਆਂ ਉਹਨਾਂ ਨੂੰ ਵੀ ਐਕਸਪਲੋਰ ਕਰੋ। ਥੈਂਕ ਯੂ।